नमस्कार, चमकदे सितारे प्रोग्राम तुहाडा स्वागत है। मैं हाँ दविंदर वर्मा। डेट ऑफ बर्थ ते टाइम तुरंत तुहाडी समस्या का हल। जिन्हें भी भैन भरा साडा प्रोग्राम देख रहे हैं, टीवी की वॉल्यूम घट रखनी, टीवी तो दूर रहना। हर एक बंदा जदों किसी की कॉल लगती है ध्यान रखो। हैलो हैलो हैलो, हाँ जी, डेट ऑफ टाइम दसो जी। 27/7/1971। जन्म का टाइम जी? टाइम का पता नहीं, शाम शाम नू कितने बजे? मगी 10 बजे के है, पता नहीं पक्का। अच्छा जी, की पूछना चाहते हो? मैं बस का लान, मैं बन जी केड़ी जगह का लान लगे हो? न्यूजीलैंड दा। 1900 किन्ना दसिया जी? 71। किस वेस ते लाओगे? वर्क विच लाओगे। पैसे देने किन्नू है तुसी? सीधे सीधे पैसे नहीं, नहीं काम नहीं बनना। तुसी एवें ना कितने भाजियो, बड़ा सोच समझ के पैसे दियो। हां जी, ਤੁਸੀਂ ਉਹ ਬਣ ਜੂਗਾ ਉਹਨੂੰ। ਕਿੰਨੇ ਪੈਸੇ ਮੰਗੇ ਟੋਟਲ? ਹਾਂਜੀ, ਤੁਸੀਂ ਮੈਨੂੰ ਇੱਕ ਵਾਰੀ ਆਣ ਕੇ ਮਿਲੋ, ਮੈਂ ਤੁਹਾਨੂੰ ਸਾਰੀ ਗੇਮ ਸਮਝਾਊਂਗਾ। ਕੋਈ ਦਿੱਕਤ ਵਾਲੀ ਗੱਲ ਨਹੀਂ, ਉਹ ਆਣ ਕੇ ਮਿਲਣਾ। ਚਾਵਲ ਧਾਰਮਿਕ ਸਥਾਨ 'ਤੇ ਦਾਨ ਦੇਣੇ, ਜਲਦਬਾਜ਼ੀ ਨਹੀਂ ਕਰਨੀ ਜ਼ਿਆਦਾ, ਸੌਂਫ ਖਾਣੀ ਕਦੇ ਕਦੇ, ਹਨੂੰਮਾਨ ਦੀ ਮੂਰਤੀ 'ਤੇ ਚਮੇਲੀ ਦਾ ਤੇਲ, ਸੰਦੂਰ 'ਤੇ ਮਿੱਠਾ ਪਾਨ ਚੜ੍ਹਾਉਣਾ। ਹਾਂ, ਕਿਸੇ ਨੂੰ ਮੇਰੀ ਗੱਲ ਸੁਣ ਲਓ, जे ता कोई बंदा पक्की गरंटी चकदा, चार बंदे ओदे कोलो गए आ तुहाडे नाल दे ही, फिर काम कराइयो, किते किसे दी गल्लां जाके ना काम करा लियो। ठीक है, मैनूं औखा लगदा काम। जय श्री राम। हैलो जी, नमस्कार। नमस्कार जी, डेट ऑफ टाइम दसो। हां जी, मेरी डेट ऑफ बर्थ 12/11/1992 जी। मेरा जन्म दा टाइम आ 12 तो 12:15 दे विच विच। दिन दा कि रात दा? ਜੀ। ਅੱਛਾ ਜੀ, ਕੀ ਪੁੱਛਣਾ ਚਾਹੁੰਦੇ ਹੋ? ਜੀ ਮੈਂ ਆਪਣੇ ਕੰਮ ਬਾਰੇ ਪੁੱਛਣਾ ਚਾਹੁੰਦਾ ਸੀ। ਮੇਰਾ ਕੰਮ ਨਹੀਂ ਬਣਦਾ ਪਿਆ ਜੀ। ਕੀ ਕਰਦੇ ਹੋ? ਮੈਂ ਫਿਲਹਾਲ ਮੈਡੀਕਲ ਸਟੋਰ ਦੇ ਵਿੱਚ ਪ੍ਰਾਈਵੇਟ ਜੋਬ ਕਰ ਰਿਹਾ ਜੀ। ਬਗੈਰ ਜੋੜ ਤੋਂ ਚਾਂਦੀ ਦਾ ਕੜਾ ਪਾਣਾ, ਤੇ ਕੋਈ ਖੁਸ਼ੀ ਨਹੀਂ ਮਨਾਣੀ, ਤੇ ਖਿਜਣਾ ਨਹੀਂ ਜ਼ਿਆਦਾ, ਕਿਸੇ ਨਾਲ ਜ਼ਿਆਦਾ ਬਹਿਸ ਨਾ ਨਹੀਂ ਹੋ, ਸੂਰਜ ਨੂੰ ਜਲ ਦੇਣਾ, ਮਾਤਾ ਪਿਤਾ ਦੇ ਪੈਰੀ ਹੱਥ ਲਾਣੇ, ਤੇ ਕੋਸ਼ਿਸ਼ ਇਹ ਕਰੋ ਕਿ ਕੰਮ ਆਪਦਾ ਕਰਨ ਦੀ ਕੋਸ਼ਿਸ਼ ਕਰੋ। ਅਵਾਰਾਗਰਦੀ ਤੋਂ ਦੂਰ ਰਹੋ, ਲੇਕਿਨ 5-7 ਮਹੀਨੇ ਔਖੇ ਹੈਗੇ, ਅਗਲੇ ਸਾਲ ਤੋਂ ਕੰਮ ਆਪਦਾ ਹੋ ਜਾਊਗਾ, ਫਰਵਰੀ ਤੋਂ ਬਾਅਦ। ਜਿਹੜੇ ਮਰਜ਼ੀ ਚ ਪਾ ਲਓ, ਤੇ ਛੋਲਿਆਂ ਦਾਲ ਵੀਰਵਾਰ ਨੂੰ ਦਾਨ ਮਹੀਨੇ 'ਚ ਇੱਕ ਵਾਰੀ ਦੇ ਦਿਆ ਕਰੋ, ਧਾਰਮਿਕ ਸਥਾਨ 'ਤੇ। ਵੀਰਵਾਰ ਨੂੰ ਜੀ? ਹਾਂਜੀ, ਜੈ ਸ਼੍ਰੀ ਰਾਮ। ਮੈਂ ਇਹ ਦੱਸਣਾ ਚਾਹੁੰਦਾ, ਜਦੋਂ ਕਿਸੇ ਦੀ ਕੋਲ ਲੱਗਦੀ, ਟੀਵੀ ਦੀ ਵੋਲੀਅਮ ਘੱਟ ਰੱਖੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਬੰਦੇ ਜੀ। ਸਤਿ ਸ਼੍ਰੀ ਅਕਾਲ ਜੀ ਬੰਦੇ, ਅਸੀਂ ਜਲੰਧਰ ਤੋਂ ਬੋਲ ਰਹੇ ਹਾਂ। ਮੈਂ ਆਪਣੇ ਹਸਬੈਂਡ ਦੇ ਬਾਰੇ ਪੁੱਛਣਾ ਸੀ ਨਾ। ਡੇਟ ਔਫ ਟਾਈਮ ਦੱਸੋ। ਉਹਨਾਂ ਦਾ 29 April 1984 ਟਾਈਮ ਹੈ 12:55 ਦੁਪਹਿਰ ਦੀ। ਹਾਂਜੀ, ਕੀ ਬੋਲਣਾ ਚਾਹੁੰਦੇ ਹੋ? ਪੰਡਿਤ ਜੀ, ਇਹਨਾਂ ਦਾ ਦੁਬਈ ਵਿੱਚ ਜਿੱਦਾਂ ਨਾ ਗੱਡੀਆਂ ਦਾ ਕੰਮ ਆ, 2 ਟਰਾਲੇ ਆ, 1 ਬੱਸ ਆ, ਪਰ ਹੁਣ ਜਿੱਦਾਂ ਕੰਮ ਬਹੁਤ ਜ਼ਿਆਦਾ ਡਾਊਨ ਜਿਹਾ ਆ, ਤਾਂ ਬਹੁਤ ਅਪਸੈਟ ਜਿਹੇ ਰਹਿੰਦੇ ਆ, ਉਹੀ ਕੰਮ ਬਾਰੇ ਪੁੱਛਣਾ। ਕੰਮ ਪਾਰਟਨਰਸ਼ਿਪ 'ਚ ਕੀਤਾ ਸੀ ਇਹਨਾਂ ਨੇ? ਹਾਂਜੀ, ਕੰਮ ਪਾਰਟਨਰਸ਼ਿਪ 'ਚ ਕੀਤਾ ਹੈ ਕਿ ਆਪਦਾ ਆ? ਨਹੀਂ ਨਹੀਂ, ਆਪਣਾ ਹੀ ਆ, 2 ਟਰਾਲੇ ਆ ਤੇ ਬੱਸ ਆ। ਜਿੱਦਾਂ ਹੁਣ 2 ਮਹੀਨੇ ਤੋਂ ਵਿਹਲੇ ਬੈਠੇ ਸੀਗੇ, ਤੇ ਹੁਣ ਕੰਮ ਮਿਲਿਆ ਤੇ ਹੈ, ਪਰ ਕੰਮ ਵਧੀਆ ਨਹੀਂ ਗਾ, ਬਹੁਤ ਜ਼ਿਆਦਾ ਅਪਸੈਟ ਜਿਹੇ, ਟੈਨਸ਼ਨ ਵਿੱਚ ਰਹਿੰਦੇ। ਦੇਖੋ, ਟੈਨਸ਼ਨ ਤਾਂ ਇਹਨਾਂ ਦੀ 2014 ਤੋਂ ਹੀ ਵਧੀ ਹੋਈ ਹੈ। ਟੁੱਟੀ ਹੋਈ ਕੁਰਸੀ ਮੇਜ ਘਰੇ ਰੱਖਣਾ, ਕਾਲੇ ਮਾਂ ਗੁਰਦੁਆਰੇ ਦਾਨ, ਮੱਛਲੀਆਂ ਨੂੰ ਕਦੇ ਕਦੇ ਆਟਾ ਪਾਣਾ, ਵਾਈਟ ਦੁੱਧ ਨਹੀਂ ਪੀਣਾ। ਆਟਾ ਕਿਹਨਾਂ ਨੂੰ? ਮੱਛਲੀਆਂ ਨੂੰ ਆਟਾ ਪਾਣਾ ਕਦੇ ਕਦੇ।
हां जी वाइट दूध नहीं पीना, टूटी हुई कुर्सी मेज घर में रखना, जल्दबाजी नहीं ज्यादा करनी। वाइट दूध सीधा मेरे हस्बैंड ने नहीं पीना। हां जी उन्होंने नहीं पीना। ठीक है। ते एक और अपाय कर लो, कुछ काम तो राहत मिल जूगी। ते एक कुत्ते नु पतला दूध करके तुसी पियाइयो, इना दा नाम लेके कुत्ते नु। ठीक है, जेड़ा मर्जी होवे, जेड़ा मर्जी होवे, जेड़ा मर्जी होवे। ठीक है। ते एक लाल रुमाल देने आ। हां जी ओ मैं दे सक, मां जेड़े गुरुद्वारे देने आ ओ मैं दे सक। हां जी तुसी दे सकदे हो। ठीक है। ते मच्छियां नु आटा भी मैं पा सकदी हां। सारे काम तुसी कर सकदे, कोई दिक्कत वाली गल नहीं। एक चांदी का कड़ा ओ पालन ते वाइट दूध उन्होंने नहीं पिया। जय श्री राम। हेलो हेलो हेलो। हाँ जी बोलो। हाँ जी बोलो जी। हेलो। ਜਦੋਂ ਕਿਸੇ ਦੀ ਕਾਲ ਲੱਗਦੀ ਟੀਵੀ ਦੀ ਵੋਲੀਅਮ ਘੱਟ ਰੱਖਣੀ, ਟੀਵੀ ਤੋਂ ਦੂਰ ਰਹਿਣਾ। ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਆ, ਸਾਡਾ ਪ੍ਰੋਗਰਾਮ ਜਿਹਦੇ ਸਮਝ ਨਾ ਆਵੇ, ਕਈ ਵਾਰ ਕਿਸੇ ਭੈਣ ਭਰਾ ਸਾਡਾ ਯੂਟਿਊਬ 'ਤੇ ਦਵਿੰਦਰ ਗੁਰੂ ਕਲਿੱਕ ਕਰਕੇ ਪ੍ਰੋਗਰਾਮ ਦੇਖ ਸਕਦੇ। ਇਹ ਸਾਡਾ ਪ੍ਰੋਗਰਾਮ ਹੁਣ ਫੇਸਬੁੱਕ 'ਤੇ ਵੀ ਚੱਲ ਪਿਆ ਅਤੇ ਫੇਸਬੁੱਕ 'ਤੇ ਵੀ ਦੇਖ ਸਕਦੇ ਹੋ। ਹੈਲੋ ਜੀ ਰਾਮ ਰਾਮ। ਰਾਮ ਰਾਮ ਜੀ। 13 ਅਗਸਤ ਜਲਾਲਾਬਾਦ ਤੋਂ ਕਿੱਥੋਂ ਅਸੀਂ ਬੋਲਦੇ ਹੋ? ਅੱਛਾ ਜੀ, ਮੈਂ ਤੁਹਾਨੂੰ ਕਿਹਾ ਸੀ ਹੌਲੀ ਹੌਲੀ ਇਹਨੇ ਸੈੱਟ ਹੋ ਜਾਣਾ ਆ। ਅੱਛਾ ਮੈਨੂੰ ਇਹ ਦੱਸੋ, ਓਮ ਨਮੋ ਸ਼ਿਵਾਏ ਦਾ ਜਾਪ ਕਰ ਰਹੇ ਹੋ ਘਰੇ ਕਿ ਨਹੀਂ? ਹਾਂਜੀ ਉਹ ਨਾ ਪਾਠ ਕਰਦੇ ਸੁਖਮਨੀ ਸਾਹਿਬ ਜਪਜੀ ਸਾਹਿਬ। ਦੇਖੋ ਉਹ ਲਹਿਦਾ ਚੀਜ਼ ਹੈ, ਇਹ ਲਹਿਦਾ ਹੈ। ਠੀਕ ਹੈ। ਦੂਜੇ ਨੰਬਰ ਤੇ ਵਾਈਟ ਦੁੱਧ ਨਹੀਂ ਪੀਂਦਾ ਨਾ, ਤੇ ਹਰ ਮਹੀਨੇ ਕਿਸੇ ਗਰੀਬ ਨੂੰ ਰੋਟੀ ਖਵਾਣੀ, ਸ਼ਰਾਧ ਵਧੀਆ ਕਰਨੇ। ਹਾਂਜੀ ਠੀਕ ਹੈ ਜੀ। ਕੁਛ ਜਿਹੜਾ ਹੁਣ ਨਵਾਂ ਸਾਲ ਸ਼ੁਰੂ ਹੋਊਗਾ, ਹਾਂਜੀ ਇੱਥੋਂ ਤੋਂ ਇਹਨੂੰ ਫਾਇਦਾ ਸ਼ੁਰੂ ਹੋ ਜਾਊਗਾ। ਹਾਂਜੀ ਇੱਕ ਇਹਨੂੰ ਇਕੱਲੇ ਨੂੰ ਜ਼ਿਆਦਾ ਤੁਰਨ ਨਹੀਂ ਦੇਣਾ, 4 ਮਹੀਨੇ 5 ਮਹੀਨੇ, ਕਿਉਂਕਿ ਇਕੱਲਾ ਬੱਚਾ ਇਹ ਗਿਰ ਸਕਦਾ ਤੇ ਸੱਟ ਵੱਜਣ ਦੇ ਚਾਂਸ ਹੈਗੇ। ਜਨਵਰੀ ਤੋਂ ਬਾਅਦ ਇਹ ਠੀਕ ਹੋਣਾ ਸ਼ੁਰੂ ਹੋ ਜਾਊਗਾ। ਦੇਖੋ ਪਤਾ ਕੀ ਗੱਲ ਹੈ, ਪੇਟ ਖਰਾਬ ਹੈ, ਦੁੱਧ ਜਿਹੜਾ ਹੈ ਇਹਨੂੰ ਵਾਈਟ ਪੀਣ ਨੂੰ ਨਾ ਦੇਵੋ, ਪੱਤੀ ਵਾਲਾ ਦੇਵੋ, ਥੋੜੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ, ਜਿਹੜੀ ਚੀਜ਼ ਤੋਂ ਇਹਨੂੰ ਯਾਨੀ ਕਿ ਅਲਰਜੀਕ ਹੈਗੀ ਉਹ ਚੀਜ਼ ਨਾ ਦਿਓ। ਤੇ ਇਹ ਵੀਕ ਨਹੀਂ ਹੋਊਗਾ, ਕਿਉਂਕਿ ਮੇਨ ਕੀ ਹੈ, ਗ੍ਰਹਿ ਖਰਾਬ ਹੈ। ਜੇ ਬੱਚੇ ਦਾ ਪੇਟ ਹੀ ਜ਼ਿਆਦਾ ਖਰਾਬ ਹੋ ਜਾਊਗਾ ਤੇ ਉਹ ਵੀਕ ਹੀ ਹੋਊਗਾ। ਬਸ ਇਸ ਚੀਜ਼ ਦਾ ਧਿਆਨ ਰੱਖੋ, ਹੋਜੂ ਠੀਕ। ਜੈ ਸ਼੍ਰੀ ਰਾਮ। ਹੈਲੋ ਹੈਲੋ। ਹਾਂਜੀ ਡੇਟ ਔਰ ਟਾਈਮ ਦੱਸੋ। 16 ਜਨਵਰੀ 1988 ਜੀ। ਟਾਈਮ ਸਵੇਰ 7:55 ਦਾ ਜੀ। 16 ਜਨਵਰੀ 1988 ਸਵੇਰ ਦਾ ਜੀ। ਹਾਂਜੀ ਹਾਂਜੀ ਕੀ ਬੋਲਣਾ ਚਾਹੁੰਦੇ ਹੋ? ਜਲਦੀ ਉੱਠਣਾ, ਓਮ ਨਮੋ ਸ਼ਿਵਾਏ ਦਾ ਜਾਪ ਕਰਨਾ, ਕੋਈ ਕਿਸੇ ਤੋਂ ਧਾਗਾ ਤਵੀਤ ਨਹੀਂ ਰੱਖਣਾ ਲੈ ਕੇ, ਤੇ ਨਾ ਹੀ ਘਰ ਚ ਖੁਸ਼ੀ ਮਨਾਉਣੀ ਹੈ ਤੇ ਨਾ ਹੀ ਝੂਠ ਬੋਲਣਾ ਹੈ। ਤੇ ਬੱਚੇ ਦਾ ਯੋਗ ਹੈ ਜਿਹੜਾ ਇਹ ਬਣ ਜੂਗਾ, ਚਿੰਤਾ ਨਾ ਕਰੋ। ਤੇ ਕਦੇ ਕਦੇ ਬੱਚਿਆਂ ਨੂੰ ਟੋਫੀਆਂ ਵੰਡ ਦਿਆ ਕਰੋ। ਮੰਗਲਵਾਰ ਨੂੰ। ਮੰਗਲਵਾਰ ਨੂੰ ਹਾਂਜੀ। ਅੱਛਾ ਜੀ ਜੈ ਸ਼੍ਰੀ ਰਾਮ। ਯੋਗ ਬਣ ਜੂਗਾ, ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਨੀ। ਹੈਲੋ ਹੈਲੋ ਜੀ ਜੀ। 27 ਸਤੰਬਰ ਜੀ 1982 ਜਨਮ ਦਾ ਟਾਈਮ 6 ਤੋਂ 6:30 ਝੂਠ ਨੀ ਬੋਲਣਾ,
ਟੁੱਟੀ ਹੋਈ ਕੁਰਸੀ ਮੇਜ਼ ਘਰੇ ਰੱਖਣਾ ਹਾਂਜੀ ਕਣਕ ਤੇ ਗੁੜ ਪਾਣੀ 'ਚ ਜਲ ਪ੍ਰਵਾਹ ਕਰਨੀ ਹਾਂਜੀ ਬਗੈਰ ਜੋੜ ਤੋਂ ਚਾਂਦੀ ਦਾ ਕੜਾ ਪਾਣਾ ਹਾਂਜੀ ਸਿਰ ਢੱਕ ਕੇ ਰੱਖਣਾ ਰੋਟੀ ਜ਼ਿਆਦਾ ਜਦੋਂ ਵੀ ਰੋਟੀ ਖਾਣੀ ਹੈ ਰਸੋਈ 'ਚ ਖੜ ਕੇ ਖਾਣੀ ਹੈ ਤੇ ਦਹੀਂ ਮਲ ਕੇ ਕਦੇ ਕਦੇ ਨਹਾਉਣਾ ਇਹ ਉਪਾਅ ਕਰਕੇ ਦਹੀਂ ਮਲ ਕੇ ਕਦੇ ਕਦੇ ਨਹਾਉਣ ਤੋਂ ਬਾਅਦ ਦੇਖਿਓ ਤੁਹਾਡੀ ਸਿਹਤ ਕਿੱਦਾਂ ਦੀ ਹੋਜੂ ਕੋਈ ਡਿਪਰੈਸ਼ਨ ਨੀ ਕੋਈ ਕੁਛ ਨੀ 2015 ਤੋਂ ਸ਼ੁਰੂਆਤ ਹੋਈ ਹੈ ਜਾਂ 2004 ਤੋਂ ਹੋਈ ਹੈ ਹਾਂਜੀ 2004 ਤੋਂ ਹੋਈ ਹੋਈ ਹੈ ਠੀਕ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਡਿਪਰੈਸ਼ਨ ਨਹੀਂ ਹੁੰਦਾ ਸਭ ਕੁਝ ਠੀਕ ਹੋ ਜਾਊਗਾ ਪਹਿਲੇ ਮੇਰੇ ਉਪਾਅ ਕਰਕੇ ਦੇਖੋ ਉਸ ਤੋਂ ਬਾਅਦ ਮੈਨੂੰ ਆ ਕੇ ਮਿਲ ਲਿਓ ਹਾਂਜੀ ਇਹਦਾ ਵੀ ਮਸਲਾ ਹੱਲ ਤੁਹਾਡਾ ਪੱਕਾ ਕਰ ਦੂੰਗਾ ਕੋਈ ਚਿੰਤਾ ਵਾਲੀ ਗੱਲ ਨਹੀਂ ਪਹਿਲੇ ਦੇਖੋ ਕਿੰਨਾ ਘਟਿਆ ਹਾਂਜੀ ਮੇਰੀ ਇੱਕ ਗੱਲ ਸੁਣੋ ਜੀ ਅਗਰ ਤੁਹਾਨੂੰ ਕਿਸੇ ਨੇ ਕੀਤਾ ਹੋਵੇ ਤੇ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਕੋਈ ਗੱਲ ਗਲਤ ਦੱਸੀ ਹੈ ਨਹੀਂ ਜੀ ਤੇ ਮੈਂ ਨਹੀਂ ਕਹਿ ਸਕਦਾ ਕੀਤੇ ਕਿਤਾਏ ਦਾ ਚੱਕਰ ਹੈਗਾ ਹਾਂਜੀ ਕੋਈ ਕੁਛ ਨਹੀਂ ਤੁਹਾਨੂੰ ਵਹਿਮ ਹੋਇਆ ਪਿਆ ਹਾਂਜੀ ਤੇ ਇਹਨੂੰ ਵਹਿਮੀ ਬੰਦੇ ਨੂੰ ਆਪਾਂ ਡਿਪਰੈਸ਼ਨ 'ਚ ਕਹਿ ਦਿੰਦੇ ਹਾਂ ਠੀਕ ਹੈ ਸਰ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਠੀਕ ਹੋ ਜਾਓਗੇ ਸਿਰਫ ਤੁਸੀਂ ਮੇਰੇ ਉਪਾਅ ਕਰੋ ਤੁਹਾਡਾ ਜੀ ਕਰਦਾ ਮੇਰੇ ਤੋਂ ਅਪੁਆਇੰਟਮੈਂਟ ਲੈ ਕੇ ਮੈਨੂੰ ਆ ਕੇ ਮਿਲ ਲਓ ਠੀਕ ਹੈ ਜੀ ਕੱਲ ਮੈਂ 5 ਵਜੇ ਤੱਕ ਸ਼ਾਮ ਦੇ ਬੈਠਣਾ ਆ ਰਾਤ ਦੀ ਸਾਡੀ ਛੁੱਟੀ ਹੁੰਦੀ ਹੈ ਹਾਂਜੀ ਤੇ ਲੇਕਿਨ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆ ਕੇ ਮਿਲ ਸਕਦੇ ਠੀਕ ਹੈ ਸਰ ਕਿੱਥੇ ਮਿਲ ਸਕਦੇ ਆ ਲੁਧਿਆਣੇ ਬੱਸ ਅੱਡੇ ਦੇ ਕੋਲੇ ਮਾਡਲ ਗ੍ਰਾਮ ਸੰਪੂਰਨ ਕਲੋਨੀ ਸੰਪੂਰਨ ਕਲੋਨੀ ਹਾਂਜੀ ਕੋਚਰ ਮਾਰਗ ਦੇ ਕੋਲੇ ਆ ਕੇ ਕਿਸੇ ਨੂੰ ਪੁੱਛ ਲਓ ਸਾਰੇ ਦੱਸ ਦੋਗੇ ਠੀਕ ਹੈ ਸਰ ਜੈ ਸ਼੍ਰੀ ਰਾਮ ਹੈਲੋ ਸਤਿ ਸ਼੍ਰੀ ਅਕਾਲ ਜੀ ਅਸੀਂ ਮਾਨਗੜ ਬੋਲਦੇ 1993 ਦਾ ਮੇਰਾ ਲੜਕੇ ਦਾ ਜਨਮ ਦਿਨ ਹੈ ਜੀ ਅੱਛਾ ਜੀ ਹਾਂਜੀ ਮਹੀਨਾ ਤਰੀਕ ਜੀ 11 ਜੂਨ ਜੀ 1993 ਦਾ ਜੀ ਹਾਂਜੀ ਕੀ ਪੁੱਛਣਾ ਜੀ ਉਹਦੇ ਬਾਰੇ ਪੁੱਛਣਾ ਜੀ ਟਾਈਮ ਜੀ ਟਾਈਮ ਸਵੇਰ ਦੇ 7:15 ਜੀ ਹਾਂਜੀ ਕੀ ਪੁੱਛਣਾ ਕੀ ਹੈ ਜੀ ਉਹਦੇ ਬਾਰੇ ਪੁੱਛਣਾ ਕਿ ਉਹ ਕੀ ਉਹਦਾ ਕੰਮ ਧੰਦਾ ਜੀ ਕੀ ਕੰਮ ਕੀ ਕਰਾਇਆ ਜੀ ਇਹਨੂੰ ਹਾਂਜੀ ਕੀ ਕੰਮ ਕਰਾਉਣ ਲੱਗੇ ਹੋ ਕੁਛ ਨੀ ਜੀ ਇੱਥੇ ਸ਼ੂਗਰ ਮਿਲ ਚ ਕੰਮ ਕਰਦਾ ਸੀ ਕੰਮ ਨੀ ਉਹਦਾ ਬਣਦਾ ਜੀ 2 ਵਾਰ ਦਿਨ ਹੀ ਜਾਇਆ ਕੰਮ ਨੀ ਸੂਟ ਹੋ ਦਿੰਦਾ ਜੀ ਕੋਈ ਗੱਲ ਨੀ ਇਹਦਾ ਕੁਛ ਨਾ ਕਰੋ ਹਲੇ ਇਹਨੂੰ ਜੋ ਕੰਮ ਕਰਦਾ ਕਰਨ ਤੋਂ 5 ਮਹੀਨੇ ਅੱਛਾ ਜੀ ਜਨਵਰੀ ਦੇ ਵਿੱਚ ਮੇਰੇ ਕੋਲ ਆਈ ਹੋਈ ਵੱਡੇ ਮੁਲਕ ਚ ਬੱਚਾ ਬਾਹਰ ਚਲੇ ਜਾਊਗਾ ਜਲਦੀ ਉੱਠਣਾ ਚਾਵਲ ਕੱਚੇ ਦੁੱਧ ਚ ਛਾਵੇਂ ਸੁਕਾ ਕੇ ਆਪਦੇ ਕੋਲੇ ਰੱਖਣੇ ਆ ਟੁੱਟੀ ਹੋਈ ਕੁਰਸੀ ਮੇਜ਼ ਘਰੇ ਨੀ ਰੱਖਣਾ ਅੱਛਾ ਜੀ ਚਾਵਲ ਕੱਚੇ ਦੁੱਧ ਚ ਛਾਵੇਂ ਸੁਕਾ ਕੇ ਆਪਦੇ ਕੋਲੇ ਰੱਖੇ ਅਸੀਂ ਮੈਂ ਰੱਖਣੇ ਜੀ ਮੁੰਡੇ ਨੇ ਰੱਖਣੇ ਜਿਹਦੀ ਡੇਟ ਆਫ ਦਿੱਤੀ ਹੈ ਅੱਛਾ ਜੀ ਠੀਕ ਹੈ ਜੀ ਤੇ ਕਾਲੇ ਮਾਂ ਗੁਰਦੁਆਰੇ ਦਾਨ ਦੇਣੇ ਇੱਕ ਵਾਰੀ ਸ਼ਨੀਵਾਰ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਹੈਲੋ ਜੈ ਰਾਮ ਜੀ ਜੈ ਰਾਮ ਜੀ ਕੀ ਜੀ ਸਰ ਜਿੱਦਾਂ ਮੈਂ ਜੋਬ ਬਾਰੇ ਪੁੱਛਣਾ ਸੀ ਤੁਹਾਨੂੰ ਡੇਟ ਆਫ ਟਾਈਮ ਦੱਸ ਦਿਓ ਬਣ ਸਕਦਾ ਮੇਰਾ ਜੀ ਡੇਟ ਆਫ ਬੋਲੋ ਤੇ 1990 8ਵਾਂ ਮਹੀਨਾ 28 ਤਰੀਕ ਜੀ ਅਸ਼ਵੀ ਨਾਮ ਬਲਵਿੰਦਰ ਸਿੰਘ ਸਰ 1990 ਹਾਂਜੀ ਜਨਮ ਦਾ ਟਾਈਮ ਜਨਮ ਦਾ ਟਾਈਮ ਨੀ ਪਤਾ ਜੀ ਹਾਂਜੀ ਕੀ ਪੁੱਛਣਾ ਕੀ ਆ ਜੀ ਕੋਈ ਯੂਰਪ ਬਾਰੇ ਜਾਣਾ ਜੀ ਯੂਰਪ ਚ ਜਾਣਾ ਜੀ ਕਾਲੀ ਨੀ ਕਰਨੀ ਠੀਕ ਹੈ ਜੀ ਜਲਦਬਾਜ਼ੀ ਨੀ ਕਰਨੀ ਵੱਡਿਆਂ ਦੇ ਨਾਮ ਦੀ ਰੋਟੀ ਖਵਾਣੀ ਘਰੇ ਕਹਿਣਾ ਜ਼ਿਆਦਾ ਮੰਨਣਾ ਸਫਾਈ ਜ਼ਿਆਦਾ ਕਰਨੀ ਸਿਰ ਢੱਕ ਕੇ ਰੱਖਣਾ ਧੁੱਪ 'ਚ ਜੇਕਰ ਤਾਂ 2018 ਤੱਕ ਕਿਸੇ ਲੜਕੀ ਦੇ ਨਾਲ ਜਾਣ ਦਾ ਯੋਗ ਬੰਦਾ ਤੇ ਠੀਕ ਹੈ ਜੀਵਨ ਸਾਥੀ ਦੇ ਕੱਲਿਆਂ ਦਾ ਯੋਗ ਹਾਲੇ ਹੈ ਨੀ ਗਾ ਅਗਲੇ ਸਾਲ 8ਵੇਂ ਮਹੀਨੇ ਤੋਂ ਬਾਅਦ ਕੱਲਿਆਂ ਦਾ ਯੋਗ ਬਣੂਗਾ ਠੀਕ ਹੈ ਜੈ ਸ਼੍ਰੀ ਰਾਮ ਹੈਲੋ ਹੈਲੋ
हेलो हाँ जी 1192 हेलो जन्म का टाइम जी 1192 मैं जन्म का टाइम पूछा जी टाइम नहीं है जी पता जी अच्छा जी की पूछना जी घर बारे पूछना जी सर जी बीमारियां बोल रहे हैं सर जी जिन्ने पैसे कमाए देखा जाए उधर लग रहे हैं किड़ी जगह तो बोल दे हो नाइजीरिया तो बोल दूंगी फाइल का दे नाल अगर काम की कर दे हो काम तो तैयारी दफ्तर चाहिए 800 ग्राम सिक्के दे 8 पीस दे 2 सूखे नारियल पानी च जल प्रवाह करने शनिवार वाले दिन घर दे विच बूटे नहीं रखने जिन्हां दे चौड़े पत्ते होन मनी प्लांट अमरूद कंडे वाले बूटे गुलाब नहीं रखना एक घड़े दे विच पानी भर के रखना जिथो तुसी लंघदे उस रस्ते दे विच जे जगह घट हैगी उत्थे कुजी च पानी रख सकदे हो और घर दे विच गां दे दुध दा छिट्टा देना ए अपाई करो तुहानू फायदा होगा फिर आपां दुबारा गल करांगे देखिए हेलो हेलो हां जी ससिकाल बाबा जी ससिकाल जी ਕੀ ਤੇ ਡੱਬਾ ਰਿਪੋਰਟ ਹੈ ਪਿਆਸੀ ਯੋਗ ਬਾਰੇ ਪੁੱਛਣਾ ਸੀ ਡੇਟ ਟੂ ਟਾਈਮ ਦੱਸੋ ਡੇਟ ਓਵਰ 16 ਤਰੀਕ ਮਹੀਨਾ ਹੈ 16 ਤਰੀਕ 7ਵਾਂ ਮਹੀਨਾ 95 ਹਾਂਜੀ ਟਾਈਮ ਟਾਈਮ ਨਹੀਂ ਪਤਾ ਬਾਬਾ ਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਵਿਆਹ ਦੇ ਯੋਗ ਬਾਰੇ ਪੁੱਛਣਾ ਸੀ ਕਿ ਕਿਤੇ ਯੋਗ ਨਹੀਂ ਬਣਦਾ ਵਿਆਹ ਦੇ ਯੋਗ ਬਾਰੇ ਹਾਂਜੀ ਕਾਫੀ ਦੇਰ ਤੋਂ ਫਿਰਦੇ ਕਿ ਤੇ ਬਣਦਾ ਨਹੀਂ ਗਈ ये डेट ऑफ की दी है डेट ऑफ बर्थ मेक है 16/7/95 43 दिन लगातार नीले जा जामनी फूल जमीन च दबाने है ते ज्यादा बोलना नहीं हो ते एक झूठ नहीं बोलना ठीक है जी किसी ना बहस ना नहीं हो ठीक है तिखी बड़ी है तू हां जी मैं कहा तिखी बड़ी है अच्छा जी ते 2 महीने दे विच योग बन जाऊगा चिंता नहीं करनी ते छोले दाल 2 बारी दान दे दी धार्मिक स्थान ते ਛੋਲਿਆਂ ਦੀ ਦਾਲ ਦਾਨ ਦੇਣੀ ਹੈ ਹੋਰ ਕੀ ਕਰਨਾ ਜੀ ਬਸ ਖਾਲੀ ਛੋਲਿਆਂ ਦਾਲ ਦਾਨ ਦੇਣੀ ਹੈ ਬਸ ਬੋਲਣਾ ਘੱਟ ਹੈ ਠੀਕ ਹੈ ਜੀ ਜੈ ਸ਼੍ਰੀ ਰਾਮ ਹੈਲੋ ਹਾਂਜੀ ਡੇਟ ਔਰ ਟਾਈਮ ਹਾਂਜੀ 28 ਹਾਂਜੀ 5/1968 ਸਵੇਰੇ ਕੀ ਸਮਾਂ ਹੈਲੋ 1 ਮਿੰਟ ਜੀ ਹਾਂਜੀ जन्म का टाइम हां जी की पूछना जी जी अपने से मकान बारे पूछना चाहते कोई साडा मकान बनता कि 5-7 का जी केड़ी जगह तो बोल दे हो अमृतसर तो बोल कदे भी देख लियो हां जी जो काम करना पैसा होवे ना होवे काम कर लो हां जी ਕੰਮ ਸਿਰੇ ਚੜ ਜਾਊਗਾ ਅੱਛਾ ਜੀ ਜੇ ਸੋਚੋਗੇ ਵੀ ਪੈਸਾ ਆਊਗਾ ਤੇ ਕੰਮ ਹੋਊਗਾ ਕਦੇ ਨਹੀਂ ਹੋਣਾ ਜੀ ਜਿੱਥੋਂ ਮਰਜ਼ੀ ਪੈਸਾ ਆਵੇ ਜਿੱਦਾਂ ਮਰਜ਼ੀ ਆਵੇ ਜਦੋਂ ਲੈਣਾ ਮਕਾਨ ਸਾਈ ਦੇ ਦਿਓ ਹਾਂਜੀ ਮਕਾਨ ਬਣ ਜਾਊਗਾ ਹਾਂਜੀ ਉਹ ਲੋਨ ਤੋਂ ਬਣਾਉਣਾ ਚਾਹੁੰਦੇ ਸੀ ਤੇ ਲੋਨ ਬੈਂਕ ਤੋਂ ਲੈਣਾ ਚਾਹੀਦਾ ਸੀ ਨਹੀਂ ਲੈਣਾ ਚਾਹੀਦਾ ਲੋਨ ਅੱਛਾ ਜੀ ਕਿੰਨਾ ਲੋਨ ਲੈਣਾ ਬੈਂਕ ਤੋਂ ਬੈਂਕ ਤੋਂ ਵੀ ਉਹ ਆਪਣੇ ਡੀਐਚਐਫਐਲ ਵਾਲੇ ਜਿਹੜੇ ਆਂਦੇ 5 ਲੱਖ ਦਾ ਲੋਨ ਲੈਣਾ ਚਾਹੁੰਦੇ ਸੀ ਹਾਂਜੀ 5 ਲੱਖ ਦਾ ਲੋਨ ਲੈਣਾ ਚਾਹੁੰਦੇ ਸੀ ਕਿ ਬੈਂਕ ਤੋਂ ਆਪਾਂ ਆਪਦੇ ਪੱਲਿਓ ਕਿੰਨੇ ਪੈਸੇ ਲਾਣੇ ਆ ਆਪਣੇ ਕੋਲ 2.5 ਲੱਖ ਰੁਪਏ ਹੈਗਾ ਜੀ ਬਸ 2.5 ਲੱਖ ਰੁਪਈਆ ਜਿਹੜਾ ਲਾਣਾ ਉਹ ਲਾ ਲਓ ਬੈਂਕ ਤੋਂ ਵਿਆਜੂ ਪੈਸੇ ਨਹੀਂ ਚੱਕਣੇ ਜੀ 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 ਇੱਕ ਗੱਲ ਮੇਰੀ ਸੁਣੋ ਹਾਂਜੀ ਗਵਰਨਮੈਂਟ ਦੇ ਕੋਲੇ ਕੋਈ ਚੀਜ਼ ਤੁਹਾਡੀ ਆ ਗਈ ਤੁਹਾਨੂੰ ਗਵਰਨਮੈਂਟ ਨੇ ਕੁਝ ਨਹੀਂ ਦੇਣਾ ਹਾਂਜੀ ਹਾਂਜੀ ਤੇ ਜਿਹੜੀ ਗਵਰਨਮੈਂਟ ਤੋਂ ਤੁਸੀਂ ਚੀਜ਼ ਲੈ ਲਈ ਤੇ ਤੁਹਾਡੇ ਗੱਲ 'ਚ ਵਹਾ ਪੈ ਗਿਆ ਹਾਂਜੀ ਹਾਂਜੀ ਮੇਰੀ ਗੱਲ ਗਲਤ ਹੈ ਕਿ ਸਹੀ ਹੈ ਨਹੀਂ ਆਪ ਸਹੀ ਹੈ ਪੰਡਿਤ ਜੀ ਗਵਰਨਮੈਂਟ ਦੇ ਕੋਲੋਂ ਪੈਸਾ ਲੈਣਾ ਬੜਾ ਔਖਾ ਹੈ ਗੱਲਾਂ ਹੀ ਹੈ ਹਾਂਜੀ ਹਾਂਜੀ ਜਿੰਨੇ ਲੋਕ ਜਿਹੜੇ ਅੱਜ ਦੀ ਡੇਟ 'ਚ ਕਰਜ਼ਾਊ ਹੈ ਨਾ ਹਾਂਜੀ ਜਾਂ ਲੋਕਾਂ ਦੇ ਕੰਮ ਖਰਾਬ ਹੋਏ ਹੈ ਇਹ ਜਿਹੜੇ ਗਵਰਨਮੈਂਟ ਤੋਂ ਪੈਸੇ ਆਣੇ ਜਾਣੇ ਇਹਨਾਂ 'ਚ ਹੀ ਹੁੰਦੇ ਆ ਹਾਂਜੀ ਹਾਂਜੀ ਨਾ ਕੋਈ ਕੁਛ ਕਰ ਸਕੇ ਨਾ ਕੁਛ ਹੈ ਸਰ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਕਰ ਸਕਦੇ ਹੋ ਕਰ ਸਕਦੇ ਹੋ ਵਧੀਆ ਚੱਲ ਜੂਗਾ ਮਿਹਨਤੀ ਹੈਗੇ ਹੋ ਤੇ ਕੋਈ ਕਰਜ਼ਾ ਨਹੀਂ ਚੱਕਣਾ ਜਦੋਂ ਲੋੜ ਪਵੇ ਮੈਨੂੰ ਆ ਕੇ ਮਿਲ ਲਿਓ ਹਾਂਜੀ ਤੇ ਧਾਰਮਿਕ ਸਥਾਨ ਤੇ ਚਿੱਟੀ ਚੀਜ਼ ਦਾ ਦਾਨ ਦੇਣਾ ਸ਼ੁੱਕਰਵਾਰ ਨੂੰ ਚੀਨੀ ਦਾਨ
ਅੱਛਾ ਸਰ, ਆਪਣਾ ਕਾਰੋਬਾਰ ਕਰ ਸਕਦੇ ਹੋ? ਬਿਲਕੁਲ ਨੌਕਰੀ ਕਰਦੇ ਹੋ? ਕਰ ਲਓ ਜੀ, ਕਰ ਲਓ, ਚੰਗੇ ਰਹੋਗੇ। ਅੱਛਾ ਠੀਕ ਹੈ, ਜੈ ਸ਼੍ਰੀ ਰਾਮ। ਹੈਲੋ ਗੁਰੂ ਜੀ, ਗੁਰੂ ਜੀ ਨਮਸਕਾਰ। ਨਮਸਕਾਰ ਜੀ। ਗੁਰੂ ਜੀ, ਮੈਂ ਹਿਮਾਚਲ ਤੋਂ ਬੋਲ ਰਿਹਾ, ਕਮਲ ਦੇਵ। ਹਾਂਜੀ ਜੀ, ਆਪਣੇ ਬਾਰੇ ਗੱਲ ਕਰਨਾ ਚਾਹੁੰਦਾ ਮੈਂ। ਡੇਟ ਔਰ ਟਾਈਮ ਦੱਸੋ। 1984 ਜੀ। 1984 ਹਾਂਜੀ, ਟਾਈਮ ਹੈ ਜੀ 10:30 ਦਾ ਰਾਤ ਦਾ। ਕੀ ਪੁੱਛਣਾ ਚਾਹੁੰਦੇ ਹੋ? ਗੁਰੂ ਜੀ, ਮੇਰੀ ਨਾ 3 ਮੁੰਨੀ ਹੈ, ਮੈਂ ਕੁੜੀ ਦਾ ਮਤਲਬ ਮੁੰਡੇ ਦਾ ਯੋਗ ਦੇਖਣਾ ਚਾਹੁੰਦਾ ਸਾ, ਤੋ ਹੈ ਦੇਖਣਾ ਥੋੜਾ ਜਿਹਾ। ਤੁਸੀਂ ਅੱਜ ਤੋਂ ਵੱਧ ਝੂਠ ਨਹੀਂ ਬੋਲਣਾ, ਖੁਸ਼ੀ ਨਹੀਂ ਮਨਾਣੀ। ਹਾਂਜੀ, ਸੂਰਜ ਨੂੰ ਜਲ ਦੇਣਾ, ਕਦੇ ਕਦੇ ਬਗੈਰ ਸੋਚੇ ਕੰਮ ਕਰਨਾ। ਹਾਂਜੀ, ਵੀਰਵਾਰ ਦੀ ਕਥਾ ਕਰਿਆ ਕਰੇ ਤੁਹਾਡੇ ਮਿਸੇਜ ਤੇ, ਵੀਰਵਾਰ ਨੂੰ ਘਰੇ ਕੱਪੜੇ ਨਹੀਂ ਧੋਣੇ। ਹਾਂਜੀ, ਤੇ 7 ਬਦਾਮ ਗਿੱਲਾ ਨਾਰੀਅਲ ਜਲ ਪ੍ਰਵਾਹ ਲਗਾਤਾਰ ਕਰਦੇ ਰਹੋ ਸ਼ਨੀਵਾਰ ਦੇ ਸ਼ਨੀਵਾਰ। ਅੱਛਾ ਜੀ, ਫਿਰ ਆਪਾਂ ਗੱਲ ਕਰਾਂਗੇ, ਜਦੋਂ ਗਰਭ ਹੋਇਆ ਉਦੋਂ ਮੈਨੂੰ ਆ ਕੇ ਮਿਲ ਲਿਓ, ਯੋਗ ਲੜਕੇ ਦੇ ਬਣ ਜਾਣੇ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਹੈਲੋ, ਹੈਲੋ ਜੀ, ਹਾਂਜੀ ਹਾਂਜੀ, ਡੇਟ ਔਰ ਟਾਈਮ ਦੱਸੋ। ਹਾਂਜੀ, ਉਹ ਬਾਬਾ ਜੀ ਹੋਰ ਕਿਸ ਨਾਲ ਗੱਲ ਕਰੀ ਜਾਂਦੇ ਆ? ਉਹ ਮੈਂ ਤੁਹਾਡੇ ਨਾਲ, ਤੁਸੀਂ ਟੀਵੀ ਦੇ ਮੂੰਹ ਨੂੰ ਬੰਨ ਕਿਉਂ ਦੇਖੀ ਨੇ, ਇੱਧਰ ਦੇਖੋ ਮੇਰੇ ਵਣ ਕੇ, ਮੇਰੇ ਨਾਲ ਗੱਲ ਕਰੋ। ਹਾਂਜੀ, 8 ਸਤੰਬਰ 8 ਸਤੰਬਰ 1982 ਜਨਮ ਦਾ ਟਾਈਮ? 6:30 ਦੇ ਵਿਚਾਰੇ ਜੀ, ਸ਼ਾਮ ਦਾ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਕੰਮ ਬਾਰੇ ਪੁੱਛਣਾ ਚਾਹੁੰਦੇ ਸੀ। ਜਿਹੜੀ ਤੁਹਾਡੀ ਸਾਡੇ ਨਾਲ ਗੱਲ ਹੋ ਰਹੀ ਹੈ ਟੀਵੀ ਤੇ, ਹਾਂਜੀ 10-12 ਸਕਿੰਟਾਂ ਬਾਅਦ ਗੱਲ ਹੁੰਦੀ ਹੈ, ਤਾਂ ਕਰਕੇ ਫਰਕ ਨਜ਼ਰ ਆਉਂਦਾ ਤੁਹਾਨੂੰ। ਤੁਸੀਂ ਟੀਵੀ 1 ਦੇਖੀ ਜਾਓਗੇ, ਉੱਥੇ ਮੈਂ ਹੁਣ ਕੁਛ ਬੋਲਦਾ ਵੇ, ਤੁਸੀਂ ਮੇਰੀ ਗੱਲ ਖਤਮ ਹੋ ਜਾਊਗੀ, ਫਿਰ ਸੁਣੋਗੇ। ਠੀਕ ਹੈ ਜੀ। ਵੀਰਵਾਰ ਤੋਂ ਵੀਰਵਾਰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ। ਅੱਛਾ, ਡੇਟ ਵਰਥ ਕਿਹਦੀ ਹੈ? ਮੇਰੀ ਹੈ ਜੀ। ਤੇ ਇੱਕ, ਕਿਸੇ ਤੇ ਭਰੋਸਾ ਨਹੀਂ ਕਰਨਾ, ਕਿਸੇ ਤੇ ਯਕੀਨ ਨਹੀਂ ਕਰਨਾ। ਠੀਕ ਹੈ ਜੀ। ਤੇ ਕਿਸੇ ਦੇ ਕੰਮ ਨਾ ਆਇਆ ਕਰੋ, ਆਪਦੀ ਮਸਤੀ ਰਹਿਣਾ। ਵੀਰਵਾਰ ਤੋਂ ਵੀਰਵਾਰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ, ਸੌਂਫ ਖਾਣੀ ਕਦੇ ਕਦੇ। ਕਿਸੇ ਦੇ ਨਾਲ ਜ਼ਿਆਦਾ ਬਹਿਸ ਨਾ ਨਹੀਂ ਹੋ। ਠੀਕ ਹੈ। ਤੇ ਨਹਾਉਣ ਤੋਂ ਪਹਿਲੇ, ਨਹਾਉਣ ਤੋਂ ਬਾਅਦ ਤੇਲ ਮਲਣਾ ਸਰੋਂ ਦਾ। ਠੀਕ ਹੈ ਜੀ। ਜੇ ਫਾਇਦਾ ਹੋ ਜੇ ਫਿਰ ਦੁਬਾਰਾ ਗੱਲ ਕਰ ਲਿਓ। ਠੀਕ ਹੈ। ਹੈਲੋ, ਹੈਲੋ, ਹਾਂਜੀ। 6 ਜੁਲਾਈ 1966 6 ਜੁਲਾਈ 1966 ਜਨਮ ਦਾ ਟਾਈਮ ਜੀ? 10:04 ਜੀ। 6 ਜੁਲਾਈ 1966 ਜਨਮ ਦਾ ਟਾਈਮ ਜੀ? 10:04 ਰਾਤ ਦੇ। 10:04 ਰਾਤ ਦੇ ਜਨਮ ਕਿੱਥੇ ਦਾ ਜੀ? ਫਤਿਹਗੜ੍ਹ ਚੂੜੀਆਂ ਦਾ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਕਾਰੋਬਾਰ ਹੈ ਨੀ ਜੀ। ਕਿਸ ਚੀਜ਼ ਦਾ ਕਾਰੋਬਾਰ ਕਰਦੇ ਹੋ? ਚੱਪਲਾਂ ਦਾ, ਬੂਟਾਂ ਦਾ, ਬੂਟਾਂ ਦਾ। ਦੇਖੋ ਜੀ, ਅੱਜ ਦੀ ਡੇਟ ਦੇ ਵਿੱਚ ਅੱਗੇ ਪਤਾ ਕੀ ਹੁੰਦਾ ਸੀਗਾ? ਹਾਂਜੀ, ਕੋਈ ਚੀਜ਼ ਲੈਣੀ ਹੁੰਦੀ ਸੀ ਨਾ, ਦੁਕਾਨ ਇੱਕ ਬੰਦੇ ਦੀ ਫਿਕਸ ਹੁੰਦੀ ਸੀਗੀ। ਹਾਂਜੀ। ਹੁਣ ਇਹ ਨਹੀਂ ਪਤਾ ਕਿਹੜੀ ਦੁਕਾਨ ਤੇ ਕਿਹੜੇ ਗਾਹਕ ਨੇ ਚੜ੍ਹਨਾ ਕਿ ਨਹੀਂ ਚੜ੍ਹਨਾ। ਹਾਂਜੀ। ਟਾਈਮ ਤੁਹਾਡਾ ਬੜਾ ਮਾੜਾ, 2015 ਤੋਂ ਸ਼ੁਰੂ ਹੋ ਗਿਆ ਸੀ। ਅੱਛਾ ਜੀ। ਤੁਸੀਂ ਚਿੰਤਾ ਨਾ ਕਰੋ। ਹਾਂਜੀ, ਸਭ ਕੁਝ ਠੀਕ ਹੋ ਜਾਣਾ, 2-4 ਮਹੀਨੇ ਦੀ ਗੱਲ ਹੈ। ਜੋ ਚੱਲਦਾ ਉਹਨੂੰ ਆਰਾਮ ਨਾਲ ਚਲਾਓ, ਸਫਾਈ ਜ਼ਿਆਦਾ ਕਰੋ, ਛੱਤ ਦੀ, ਘਰ ਦੀ, ਦੁਕਾਨ ਦੀ। ਅੱਛਾ ਜੀ। ਰੋਟੀ ਨੀਚੇ ਬੈਠ ਕੇ ਖਾਣੀ, ਮੂਲੀਆਂ ਜ਼ਿਆਦਾ ਖਾਣੀਆਂ, ਸ਼ੁੱਕਰਵਾਰ ਨੂੰ ਮੂਲੀਆਂ ਸਾੜੇ ਰੱਖ ਕੇ ਸ਼ਨੀਵਾਰ ਨੂੰ ਧਾਰਮਿਕ ਸਥਾਨ ਤੇ ਦਾਨ ਦੇਣੀਆਂ। ਅੱਛਾ ਜੀ। ਇਹ ਅਪਾਏ ਕਰ ਲਓ, ਥੋੜਾ ਟਾਈਮ ਕੱਢ ਲਓ, ਤੇ ਰੋਟੀ ਜਿੰਨੀ ਜਿੱਥੇ ਬਣਦੀ ਉੱਥੇ ਬੈਠ ਕੇ ਖਾਣੀ। ਅੱਛਾ। ਉਸ ਤੋਂ ਬਾਅਦ ਤੁਹਾਡੇ ਹਾਲਾਤ ਠੀਕ ਹੋਣੇ ਸ਼ੁਰੂ ਹੋ ਜਾਊਗੇ, ਤੇ ਜਿਹੜੇ ਵਧੀਆ ਹਾਲਾਤ ਹੈ ਉਹ ਜਨਵਰੀ ਦੇ ਬਾਅਦ ਠੀਕ ਹੋਣੇ ਆ। ਅੱਛਾ। ਜੈ ਸ਼੍ਰੀ ਰਾਮ। ਹੈਲੋ, ਗੁਰੂ ਜੀ। ਹਾਂਜੀ, ਜਿੰਦੇ ਰਹੋ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਯਾਦ ਗਿੱਲ ਬੋਲ ਰਿਹਾ ਜੀ, ਪਟਿਆਲੇ ਤੋਂ। ਹਾਂਜੀ, ਡੇਟ ਔਰ ਟਾਈਮ ਦੱਸੋ।
21 नवंबर 1988 जन्म का टाइम सवा पांच तो साढ़े पांच शाम दे सवेर दे शाम दे हाँ जी की बोलना चाहते हो सर मैं यूके की फाइल लाई थी अच्छा जी रजिस्टर वीजे बारे अच्छा जी ते स्पॉन्सर आई थी मैंने उधर चाची जी की नहीं लगना लगना नहीं जी नहीं पहली गल हाँ जी पहली गल तो यह है कि बैंक बैलेंस घट होगा अच्छा जी दूजे नंबर ते ला की लाती के लानी है हले फाइल लाती सर कदों लाई है बुधवार लाई 14 तरीक पैसे किन्ने दिखाए है पैसे सर 5 लाख के बैलेंस कदों का है पुराना पुराना सर बहुत 6 महीने किदे साल किदे नाम दा है मेरे नाम की सर नाल ज्वाइंट तो नहीं किसका खाता नहीं सर फिर लगातार तू काले मां दान दिंदा रहे कर्मियों दिंदा आ रहे हैं बुधवार ते शनिवार अच्छा जी ते कोई हिम्मत लग जाए ते कह नहीं सकता इस अपाए दे हो सकता तेरा लग जाए एक किसी ना बहस लानी वड्डियां दे पैरी हाथ लाने ठीक है जी ए अपाए कार्य करी ते जिन्ना घर दिन खुश रख सकता रख ते एक यारां दोस्तां तो दूर रहना है ठीक है सर उम्मीद घट हैगी आप तू अपाए कर ले शायद कोई रब सुन ले ठीक है जी मैंने हाँ जी हेलो हाँ जी डेट और टाइम दसो जी 25/10/94 जी 25/10/94 हाँ जी की पूछना चाहते हो जन्म का टाइम है जी 7:15 25/10/94 ਹਾਂਜੀ ਤੇ ਬਾਹਰ ਬਾਰੇ ਹੈ ਜੀ ਆਸਟ੍ਰੇਲੀਆ ਦੀ ਫਾਈਲ ਲਾਉਣੀ ਆ ਤੇ ਆਪਣੇ ਕਿੰਨੀ ਦੀ ਕਲਾਸ 17 ਜੁਲਾਈ ਦੀ ਕਲਾਸ ਹੈ ਜੀ 25 ਜੁਲਾਈ 1994 ਹਾਂਜੀ ਹਾਂਜੀ 25 ਜੁਲਾਈ 1994 ਹਾਂਜੀ ਹਾਂਜੀ ਟਾਈਮ ਦੱਸਿਓ ਜਨਮ ਦਾ वीर जी जन्म का टाइम पूछे जन्म का टाइम भरा जी जन्म का टाइम पूछे एक मिनट जी इस बच्चे नु कहना किसी ने फालतू बहस ना नहीं हो ठीक है ते फाइल ला दो कुत्ते नु दुध पियाया करे अच्छा जी ते एक विचो कोई बंदा पैसे मंगे देने नहीं होगे सीधा काम कराइयो ठीक है काम एजेंट तो करा रहे हो हां जी केड़ी जगह तो करा रहे हो जलंधर तो जी सोच समय के कराइयो बंदे सही कोले लाइयो ठीक है कई बारी पता की हुंदा है हर एक आज दी डेट च एजेंट दा पहले तो ऑफर लेटर तो हर एक ही मंगा दंदा है पांच जगह कर दिया दो तीन जगह तो आ जाती है जो तो ऑफर लेटर आ गई तो कहना जल्दी मेडिकल करा लो जो तो तुसी पैसे जमा करा देने हो फिर तो खराब कर दे है। जी, मेडिकल वगैरह तो सब कुछ हो गया जी। मेरी मेरी गल तो सुन लो जी मेडिकल तो जो तुसी आईलेस कर ली तो मेडिकल तो समझ लो हो गया ऑफर लेटर तो हफ्ते च आ जाती है चार दिन च आ जाती है लेकिन उस तो बाद टाइम लाते है यकीन करो अज की डेट च हरेक बंदा क्यों करी जांदा इमीग्रेशन का काम सब तो वड्डी गल है कि बैठे बिठाए पक्कियां पकाईयां 1 लाख रुपया एक केस चो बचदा है 25,000 रुपया फाइल का ले लेना है आपां नूं की जांदा तुसी ये देखो महीने च फाइल किन्नियां लगदियां फिर ये जिहड़े बच्चे दे नंबर बैंड पूरे उन्हें जाना ही है किसी किसी के मुकद्दर खराब होंगे जिहदा वीजा रह जाए वो भी उन्होंने रेंदे जिन्होंने 5.5 बैंड होंगे है 6 बैंड वाले स्कूल कॉलेज माड़ा मिल जाता है 6.5 वाले थोड़ा जि चंगा मिल जाता है 7-8 वाले ज्यादा वधिया मिल जाता है ठीक है जी ऐसे तरह जो सिस्टम चलता है और उत्थे जिहड़े बच्चे की 2,000 रुपया कोर्स का खर्चा है तो इंडियन बंदे तो 10,000 रुपया लेंदे है इन्ना क ज्यादा फर्क है इंडियन के विच ते जिहड़ा सिटीजन उहदे च आपा सोच लेने कि फॉरन
ਬੱਚਾ ਤੁਹਾਡਾ ਚਲੇ ਜਾਊਗਾ ਬੜੇ ਸਹੀ ਢੰਗ ਨਾਲ ਚੱਲੀਓ ਤੇ ਜਦੋਂ ਬੱਚੇ ਨੇ ਜਾਣਾ ਕੰਮ ਹੋ ਜੇ ਉਸ ਤੋਂ ਬਾਅਦ ਮੈਨੂੰ ਮਿਲ ਲਈਓ ਕਿਉਂਕਿ ਬੱਚਾ ਤੁਹਾਡਾ ਕਾਹਲੀ ਜ਼ਿਆਦਾ ਕਰਦਾ ਚੰਗੇ ਮਾੜੇ ਬੱਚੇ ਦੀ ਪਹਿਚਾਣ ਹੈ ਨਹੀਂ ਗੀ ਇਹਨੂੰ ਉਦੋਂ ਆਪਾਂ ਬਾਅਦ ਚ ਉਪਾਈ ਕਰ ਲਾਂਗੇ ਸਿਰਫ ਤੁਸੀਂ ਆਹ ਕਰਾਓ ਤੇ ਖੁਸ਼ੀ ਨਹੀਂ ਕੋਈ ਮਨਾਣੀ ਜੈ ਸ਼੍ਰੀ ਰਾਮ ਹੈਲੋ ਹਾਂਜੀ ਜਿੰਨੇ ਵੀ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਹੈ ਸਵੇਰੇ 7 ਤੋਂ 7 ਅਸੀਂ ਸਾਡਾ ਮਿਲਣ ਦਾ ਸਮਾਂ ਲੁਧਿਆਣੇ ਦਾ ਹੈਗਾ ਹੈ ਅੱਜ ਸਾਡਾ ਪ੍ਰੋਗਰਾਮ ਸਮਾਪਤ ਹੋ ਰਿਹਾ ਕੱਲ੍ਹ ਐਸੇ ਚੈਨਲ 'ਤੇ ਫਿਰ ਗੱਲ ਕਰਾਂਗੇ ਅੱਜ ਸਾਨੂੰ ਦੋ ਇਜਾਜ਼ਤ ਜੈ ਸ਼੍ਰੀ ਰਾਮ